ਦੇਖੋ ਇਹ ਸਾਡੇ ਲਈ ਇੱਕ ਬੜੀ ਡੀਮੋਟੀਵੇਸ਼ਨ ਵਾਲੀ ਗੱਲ ਆ ਕਿ ਮਤਲਬ ਜਿਹੜੇ ਬਾਕੀ ਜਿਵੇਂ ਹਰਿਆਣਾ ਗੌਰਮੈਂਟ ਨੇ ਪਹਿਲਾਂ ਹੀ ਅਨਾਊਂਸ ਕਰਤਾ ਸੀ ਕਿ ਫਸਟ ਨੂੰ ਇੰਨੇ ਕੈਸ਼ ਅਵਾਰਡ ਦਿੱਤਾ ਜਾਏਗਾ, ਸੈਕਿੰਡ ਦਾ ਇੰਨਾ, ਥਰਡ ਦਾ ਇੰਨਾ, ਪਰ ਸਾਡੀ ਪੰਜਾਬ ਗੌਰਮੈਂਟ ਨੇ ਮੈਡਲ ਆਉਣ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਲਿਆ ਜਾਂ ਕੋਈ ਅਨਾਊਂਸਮੈਂਟ ਨਹੀਂ ਕੀਤੀ। ਬਿਲਕੁਲ, ਮੈਂ ਏਅਰਪੋਰਟ 'ਤੇ ਜਦੋਂ ਮੈਂ ਆਈ ਹਾਂ ਤਾਂ ਮੈਨੂੰ ਸੀਗਾ ਕਿ ਆਪਣੇ ਨਗਰ ਦਾ DC ਜਾਂ ਫਿਰ ਕੋਈ ਉੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਇਨਸਾਨ ਪਹੁੰਚਦਾ, ਪਰ ਮੈਂ ਉਹਦੇ ਤੋਂ ਥੋੜ੍ਹੀ ਜਿਹੀ ਨਿਰਾਸ਼ਾਜਨਕ ਹਾਂ। ਅਜੀਤ ਵੈਬ TV ਦੇਖਣ ਵਾਲੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ, ਮੈਂ ਹਾਂ ਸੁਰਿੰਦਰਪਾਲ ਸਿੰਘ ਗੁਰਪਾਲ। ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤ ਕੇ ਆਪਣੇ ਨਗਰ ਯਾਨੀ ਕਿ ਅੰਮ੍ਰਿਤਸਰ ਵਿਖੇ ਪਹੁੰਚਣੇ ਨਵਜੀਤ ਕੌਰ ਜੀ, ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ, ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੀ ਨਵਜੀਤ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੁਸੀਂ ਬ੍ਰੌਂਜ਼ ਜਿੱਤ ਕੇ ਆਏ ਹੋ, ਕੀ ਕਹਿਣਾ ਚਾਹੋਗੇ? ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਆ ਕਿ ਮੈਂ ਆਪਣੇ ਦੇਸ਼ ਲਈ, ਆਪਣੇ ਪੰਜਾਬ ਲਈ, ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕੀਤਾ ਆ ਅਤੇ ਦੇਸ਼ ਲਈ ਮੈਡਲ ਜਿੱਤਿਆ ਆ। ਮੈਨੂੰ ਬਹੁਤ ਵਧੀਆ ਲੱਗ ਰਿਹਾ ਆ ਅਤੇ ਇੱਥੇ ਅੰਮ੍ਰਿਤਸਰ ਵਾਪਸ ਆ ਕੇ ਮੇਰਾ ਸਵਾਗਤ ਕੀਤਾ ਗਿਆ, ਮੈਨੂੰ ਮੇਰਾ ਮੈਡਲ ਹੋਰ ਵੀ ਵਧੀਆ, ਮਤਲਬ ਉਹਨੂੰ ਇੱਕ ਗ੍ਰੇਸ ਮਿਲ ਗਈ ਅਤੇ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਇਹ ਕਿਵੇਂ ਦਾ ਕੰਪੀਟੀਸ਼ਨ ਰਿਹਾ ਤੁਹਾਡਾ, ਤੁਸੀਂ ਸੰਤੁਸ਼ਟ ਹੋ ਆਪਣੀ ਪਰਫਾਰਮੈਂਸ ਤੋਂ, ਕੀ ਕਹਿਣਾ ਚਾਹੋ? ਕੰਪੀਟੀਸ਼ਨ ਬਹੁਤ ਟਫ ਵੀ ਸੀ ਅਤੇ ਮੈਂ ਮਤਲਬ ਆਪਣਾ ਵਧੀਆ ਅਚੀਵ ਕੀਤਾ ਆ, ਮੈਡਲ ਲਿਆ ਆ, ਪਰਫਾਰਮੈਂਸ ਓਨੀ ਨਹੀਂ ਆ ਸਕੀ ਜਿੰਨੀ ਕਿ ਮੇਰੀ ਬੈਸਟ ਸੀ, ਪਰ ਫਿਰ ਵੀ ਮੈਨੂੰ ਮੈਡਲ ਦੀ ਖੁਸ਼ੀ ਆ ਅਤੇ ਮੈਂ ਕਾਫੀ ਹੱਦ ਤੱਕ ਸੈਟਿਸਫਾਈਡ ਹਾਂ। ਇਸ ਦੌਰਾਨ ਆਪਣਾ ਕੰਪੀਟੀਟਰ ਤੁਸੀਂ ਕਿਸ ਨੂੰ ਮੰਨ ਰਹੇ ਸੀ ਰਾਸ਼ਟਰਮੰਡਲ ਖੇਡਾਂ ਦੇ ਵਿੱਚ? ਮੇਰੇ ਨਾਲ ਦੋ ਲੜਕੀਆਂ ਕਾਫੀ ਅੱਛੀ ਸੀ, ਇੱਕ ਨਿਊਜ਼ੀਲੈਂਡ ਦੀ ਸੀਗੀ ਅਤੇ ਇੱਕ ਇੰਗਲੈਂਡ ਦੀ ਲੜਕੀ ਸੀ ਜਿਹਦਾ ਕਿ ਲਾਸਟ ਈਅਰ ਸਿਲਵਰ ਮੈਡਲ ਸੀ, ਅਤੇ ਉਹ ਮੇਰੇ ਨਾਲ ਮੇਜਰ ਕੰਪੀਟੀਟਰ ਸੀਗੇ, ਪਰ ਮੈਂ ਉਹਨਾਂ ਨੂੰ ਬੀਟ ਕੀਤਾ ਅਤੇ ਮੈਡਲ ਲਿਆ ਅਤੇ ਮੈਨੂੰ ਉਹਦੇ ਲਈ ਕਾਫੀ ਪ੍ਰਾਊਡ ਆ। ਹੁਣ ਤੱਕ ਜਿਹੜੀ ਤੁਹਾਡੀ ਤਿਆਰੀ ਹੈ ਕਿਵੇਂ ਦੇ ਰਹੀ, ਤੁਹਾਡੇ ਕੋਚ ਕੌਣ ਨੇ, ਤੁਹਾਡਾ ਪਰਿਵਾਰ ਵੀ ਜਿਸ ਤਰ੍ਹਾਂ ਹਮੇਸ਼ਾ ਖੇਡਾਂ ਨਾਲ ਸੰਬੰਧ ਰਿਹਾ ਸ਼ੁਰੂ ਤੋਂ, ਕੋਚ ਕੌਣ ਨੇ ਤੁਹਾਡੇ ਅਤੇ ਤੁਹਾਡੀ ਤਿਆਰੀ ਜਿਹੜੀ ਸੀ ਹੁਣ ਤੱਕ ਦੀ ਕਿਵੇਂ ਦੀ ਸੀ? ਮੇਰੇ ਫਾਦਰ ਸਾਹਿਬ ਤੋਂ ਹੀ ਮੈਂ ਟ੍ਰੇਨਿੰਗ ਕਰ ਰਹੀ ਸੀ ਰੀਸੈਂਟਲੀ ਅਤੇ ਮੇਰੇ ਬ੍ਰਦਰ ਮੇਰੇ ਨਾਲ ਹੀ ਮੈਨੂੰ ਸਪੋਰਟ ਕਰਦੇ ਸੀਗੇ ਬਹੁਤ, ਅਤੇ ਮੇਰੀ ਤਿਆਰੀ ਕਾਫੀ ਵਧੀਆ ਸੀਗੀ ਕਿਉਂਕਿ 2014 ਦੇ ਵਿੱਚ ਮੈਂ ਜੂਨੀਅਰ ਵਰਲਡ ਮੈਡਲ ਲਿਆ, ਉਸ ਤੋਂ ਬਾਅਦ ਮੈਨੂੰ ਆਪਣੇ ਆਪ ਨੂੰ ਪ੍ਰਿਪੇਅਰ ਕਰਦਿਆਂ ਮੇਨਟੇਨ ਕਰਦਿਆਂ ਥੋੜ੍ਹੇ 4 ਸਾਲ ਲੱਗ ਗਏ, ਪਰ ਮੇਰੇ ਆਖਰੀ ਮਹੀਨੇ ਕਾਫੀ ਵਧੀਆ ਲੱਗੇ ਅਤੇ ਮੈਂ ਬਹੁਤ ਕੌਨਫੀਡੈਂਟ ਸੀ ਕਿ ਮੈਡਲ ਲੈ ਸਕਦੀ ਹਾਂ, ਸੋ ਮੈਂ ਮੈਡਲ ਲੈ ਕੇ ਆਈ ਅਤੇ ਬਹੁਤ ਮੈਨੂੰ ਖੁਸ਼ੀ ਆ। ਤੁਹਾਡੇ ਤੋਂ ਇਲਾਵਾ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਜਿਹੜਾ ਇਸ ਵੇਲੇ ਖੇਡਾਂ ਦੇ ਵਿੱਚ ਵੱਖ ਵੱਖ ਉਪਲਬਧੀਆਂ ਹਾਸਲ ਕਰ ਚੁੱਕਾ ਹੈ? ਮੇਰੇ ਫਾਦਰ ਸਾਹਿਬ ਦੇ ਸੈਫ ਗੇਮਸ 'ਚ ਮੈਡਲ ਨੇ ਅਤੇ ਮੇਰੇ ਮਦਰ ਹਾਕੀ ਪਲੇਅਰ ਸੀਗੇ ਅਤੇ ਉਹਨਾਂ ਦਾ ਵੀ ਏਸ਼ੀਅਨ ਗੇਮਸ 'ਚ ਮੈਡਲ ਆ, ਅਤੇ ਮੇਰੇ ਬ੍ਰਦਰ ਦਾ ਵੀ 2016 ਦੇ ਵਿੱਚ ਸੈਫ ਗੇਮਸ ਹੋਈਆਂ ਸੀਗੀਆਂ ਇੰਡੀਆ, ਉਹਦੇ 'ਚ ਮੈਡਲ ਨੇ, ਅਤੇ ਹੁਣ ਮੇਰੇ ਬ੍ਰਦਰ ਅਤੇ ਮੈਂ ਹੁਣ ਅਸੀਂ ਏਸ਼ੀਅਨ ਗੇਮਸ ਦੀ ਤਿਆਰੀ ਕਰਾਂਗੇ ਅਤੇ ਅਸੀਂ ਇਹੋ ਆਸ ਆ ਕਿ ਅਸੀਂ ਦੋਵੇਂ ਜਾਣੇ ਏਸ਼ੀਅਨ ਗੇਮਸ ਜਾ ਕੇ ਅਤੇ ਪੰਜਾਬ ਦਾ ਨਾਮ ਹੋਰ ਉੱਚਾ ਕਰ ਸਕੀਏ ਅਤੇ ਦੋਵੇਂ ਜਾਣੇ ਮੈਡਲ ਲੈ ਕੇ ਆਈਏ। ਫਿਊਚਰ, ਅਗਲਾ ਡ੍ਰੀਮ ਕੀ ਹੈ ਤੁਹਾਡਾ? ਫਿਲਹਾਲ ਅਸੀਂ ਏਸ਼ੀਅਨ ਗੇਮ ਦੀ ਤਿਆਰੀ ਕਰਾਂਗੇ ਅਤੇ ਮੇਰਾ ਮੇਜਰ ਫੋਕਸ 2020 'ਚ ਜਿਹੜੀਆਂ ਟੋਕੀਓ ਓਲੰਪਿਕਸ ਹੋਣਗੀਆਂ ਉਹਦੇ 'ਚ ਮੈਡਲ ਲੈਣ ਦਾ ਮੇਰਾ ਮੇਨ ਟਾਰਗੇਟ ਰਹੇਗਾ। ਉਹਦੇ ਵਾਸਤੇ ਕਿੰਨੀ ਕੁ ਹੋਰ ਤਿਆਰੀ ਦੀ ਲੋੜ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਹੋਰ ਕਿੰਨੀ ਕੁ ਤਿਆਰੀ ਕਰਨੀ ਪਏਗੀ? ਵੇਖੋ, ਉੱਥੇ ਸਾਰੇ ਵਰਲਡ ਕਲਾਸ ਐਥਲੀਟਸ ਆਉਣਗੇ ਅਤੇ ਮੇਰੇ ਖਿਆਲ ਨਾਲ ਕਿ ਜੇ ਮੈਂ ਆਪਣੇ ਆਪ ਨੂੰ ਇਸੇ ਤਰ੍ਹਾਂ ਮੇਨਟੇਨ ਰੱਖਾਂ ਅਤੇ ਮੈਂ ਡੈਫੀਨੇਟਲੀ ਮੈਂ ਬਹੁਤ ਸ਼ਿਓਰ ਹਾਂ ਕਿ ਮੈਂ ਮੈਡਲ ਜ਼ਰੂਰ ਲਊਂਗੀ, ਬਾਕੀ ਅੱਗੇ ਜਿੱਦਾਂ ਵਾਹਿਗੁਰੂ ਦੀ ਮਰਜ਼ੀ ਹੋਊਗੀ। ਰਾਸ਼ਟਰਮੰਡਲ ਖੇਡਾਂ ਦੇ ਵਿੱਚ ਹੋਰ ਸੂਬਿਆਂ ਦੇ ਜਿਹੜੇ ਖਿਡਾਰੀ ਗਏ ਸੀ ਉਹਨਾਂ ਨੂੰ ਉੱਥੋਂ ਦੀਆਂ ਸਰਕਾਰਾਂ ਨੇ ਪਹਿਲਾਂ ਹੀ ਅਨਾਊਂਸ ਕਰਤਾ ਸੀ ਜਾਂ ਉਹ ਤੋਂ ਬਾਅਦ ਅਨਾਊਂਸ ਕੀਤਾ ਉਹਨਾਂ ਦੇ, ਹੈ ਨਾ, ਪੰਜਾਬ ਸਰਕਾਰ ਨੇ ਅੱਜ ਤੱਕ ਕੋਈ ਵੀ ਇਸ ਤਰੀਕੇ ਦਾ ਐਲਾਨ ਨਹੀਂ ਕੀਤਾ, ਤੁਸੀਂ ਕੀ ਕਹਿਣਾ ਚਾਹੋਗੇ? ਵੇਖੋ, ਇਹ ਸਾਡੇ ਲਈ ਇੱਕ ਬੜੀ ਡੀਮੋਟੀਵੇਸ਼ਨ ਵਾਲੀ ਗੱਲ ਆ ਕਿ ਮਤਲਬ ਜਿਹੜੇ ਬਾਕੀ ਜਿਵੇਂ ਹਰਿਆਣਾ ਗੌਰਮੈਂਟ ਨੇ ਪਹਿਲਾਂ ਹੀ ਅਨਾਊਂਸ ਕਰਤਾ ਸੀ ਕਿ ਫਸਟ ਨੂੰ ਇੰਨੇ ਕੈਸ਼ ਅਵਾਰਡ ਦਿੱਤਾ ਜਾਏਗਾ, ਸੈਕਿੰਡ ਦਾ ਇੰਨਾ, ਥਰਡ ਦਾ ਇੰਨਾ, ਪਰ ਸਾਡੀ ਪੰਜਾਬ ਗੌਰਮੈਂਟ ਨੇ ਮੈਡਲ ਆਉਣ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਲਿਆ ਜਾਂ ਕੋਈ ਅਨਾਊਂਸਮੈਂਟ ਨਹੀਂ ਕੀਤੀ, ਇਹ ਸਾਡੇ ਲਈ ਇੱਕ ਡਿਸਕਰੇਜਮੈਂਟ ਜੀ ਹੋਈ ਨਹੀਂ ਕਿਉਂਕਿ ਅਸੀਂ ਆਪਣਾ ਪੂਰਾ ਐਫਰਟ ਦੇਈਦਾ ਆ ਇਹਦੇ ਲਈ, ਇੱਥੇ ਮੈਡਲ ਲੈਣ ਲਈ, ਅਤੇ ਸਾਨੂੰ ਜਦੋਂ ਸਾਨੂੰ ਪੇਬੈਕ ਨਹੀਂ ਮਿਲਦਾ ਤਾਂ ਸਾਨੂੰ ਬੜਾ ਅਫਸੋਸ ਹੁੰਦਾ, ਸੋ ਮੇਰੀ ਇਹੋ ਦਰਖਾਸਤ ਆ ਪੰਜਾਬ ਗੌਰਮੈਂਟ ਅੱਗੇ ਕਿ ਉਹ ਜਲਦੀ ਤੋਂ ਜਲਦੀ ਕੈਸ਼ ਅਵਾਰਡ ਅਨਾਊਂਸ ਕਰਨ ਅਤੇ ਸਾਡੇ ਜਿਹੜੇ ਬਣਦੀ ਮਿਹਨਤ ਦਾ ਜਿਹੜਾ ਫਲ ਹੈ ਸਾਨੂੰ ਉਹ ਜ਼ਰੂਰ ਮਿਲੇ। ਚਲੋ, ਮੈਂ ਉਮੀਦ ਕਰਦਾ ਕਿ ਪੰਜਾਬ ਸਰਕਾਰ ਤੁਹਾਨੂੰ ਕੁਛ ਨਾ ਕੁਛ ਜਿਹੜਾ ਤੁਹਾਡਾ ਮਨ ਦਾ ਮਾਣ ਸਤਿਕਾਰ ਕਰੇ। ਜੇਕਰ ਸਰਕਾਰ ਇਹ ਮੌਕਾ ਦਿੰਦੀ ਹੈ ਤਾਂ ਤੁਸੀਂ ਕਿਸ ਫੀਲਡ ਦੇ ਵਿੱਚ ਜਾਣਾ ਪਸੰਦ ਕਰੋਗੇ? ਜੇ ਮੈਨੂੰ ਜੋਬ ਲਈ ਕਿਸੇ ਫੀਲਡ ਦੇ ਵਿੱਚ ਕਰਦੇ ਆ ਜਿੱਦਾਂ DSP ਜਾਂ ਫਿਰ ਇਨਕਮ ਟੈਕਸ ਜਾਂ XI ਦੇ ਵਿੱਚ ਮੈਂ ਮਤਲਬ ਮੇਰਾ ਮੇਨ ਇੰਟਰਸਟ ਹੈਗਾ ਆ ਅਤੇ ਮੈਂ ਉੱਧਰ ਜਾਣਾ ਚਾਹੂੰਗੀ।
ਅੱਜ ਤੁਸੀਂ ਆਪਣੇ ਨਗਰ ਗੁਰੂ ਨਗਰੀ ਪਹੁੰਚੇ ਹੋ, ਲੋਕਾਂ ਵੱਲੋਂ ਭਰਵਾਂ ਸਵਾਗਤ ਵੀ ਕੀਤਾ ਗਿਆ, ਲੋਕ ਮਾਣ ਵੀ ਅੱਜ ਮਹਿਸੂਸ ਕਰ ਰਹੇ ਨੇ ਕਿ ਸਾਡੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਸੀ। ਪ੍ਰਸ਼ਾਸਨ ਦਾ ਰਵੱਈਆ ਤੁਸੀਂ ਸਮਝਦੇ ਹੋ ਕਿ ਸੰਤੁਸ਼ਟੀਜਨਕ ਨਹੀਂ ਰਿਹਾ ਅੱਜ? ਜੀ ਬਿਲਕੁਲ, ਮੈਂ ਏਅਰਪੋਰਟ 'ਤੇ ਜਦੋਂ ਮੈਂ ਆਈ ਹਾਂ ਤਾਂ ਮੈਨੂੰ ਸੀਗਾ ਕਿ ਆਪਣੇ ਨਗਰ ਦਾ DC ਜਾਂ ਫਿਰ ਕੋਈ ਉੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਇਨਸਾਨ ਪਹੁੰਚਦਾ, ਪਰ ਮੈਂ ਉਹਦੇ ਤੋਂ ਥੋੜ੍ਹੀ ਜਿਹੀ ਨਿਰਾਸ਼ਾਜਨਕ ਹਾਂ। ਪਰ ਫਿਰ ਵੀ ਗੁਰਜੀਤ ਔਜਲਾ ਜੀ ਘਰ ਆਏ ਸਾਡੇ, ਉਹਨਾਂ ਨੇ ਪੂਰਾ ਮਾਣ ਸਤਿਕਾਰ ਮੇਰਾ ਬਣਦਾ ਦਿੱਤਾ। ਬਾਕੀ ਮੇਰੀ ਪੰਜਾਬ ਸਰਕਾਰ, ਕੈਪਟਨ ਸਰਕਾਰ ਅੱਗੇ ਇਹੋ ਦਰਖਾਸਤ ਆ ਕਿ ਜੋ ਸਾਡਾ ਅਸੀਂ ਮੈਡਲ ਜਿੱਤ ਕੇ ਆਏ ਹਾਂ ਉੱਥੋਂ, ਅਤੇ ਸਾਡਾ ਬਣਦਾ ਮਾਣ ਸਤਿਕਾਰ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੀਆਂ ਅੱਗੇ ਲਈ ਜਿਹੜੀਆਂ ਪ੍ਰਿਪਰੇਸ਼ਨ ਜਾਂ ਗੇਮਸ ਲਈ ਉਹ ਵਧੀਆ ਕਰ ਸਕੀਏ। ਤੁਹਾਡੇ ਤੋਂ ਬਾਅਦ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਸਪੋਰਟਸ ਵਾਸਤੇ ਉਤਸ਼ਾਹਿਤ ਕਰਨ ਵਾਸਤੇ ਕੀ ਉਪਰਾਲੇ ਕਰਨੇ ਚਾਹੀਦੇ ਨੇ? ਤੁਸੀਂ ਕੀ ਸਮਝਦੇ ਹੋ ਕਿ ਹੋਰ ਕੀ ਲੋੜ ਹੈ ਸਰਕਾਰ ਨੂੰ, ਪ੍ਰਸ਼ਾਸਨ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ? ਮੈਂ ਇਹ ਸੋਚਦੀ ਹਾਂ ਕਿ ਜਿੱਦਾਂ ਜੇ ਸਾਨੂੰ ਜਿੱਦਾਂ ਹਰਿਆਣਾ ਗੌਰਮੈਂਟ ਜਿਹੜੀ ਆ ਉਹ ਪਹਿਲਾਂ ਹੀ ਅਨਾਊਂਸਮੈਂਟ ਕਰ ਦਿੰਦੀ ਆ ਕਿ ਜਿੱਦਾਂ ਨੈਸ਼ਨਲ ਐਥਲੀਟ ਨੂੰ ਇੰਨਾ ਕੈਸ਼ ਅਵਾਰਡ ਦਿੱਤਾ ਜਾਏਗਾ ਜੇ ਉਹ ਮੈਡਲ ਜਿੱਤਦਾ ਆ, ਅਤੇ ਜੇ ਪੰਜਾਬ ਸਰਕਾਰ ਵੀ ਇੱਦਾਂ ਦੇ ਕੁਛ ਉਪਰਾਲੇ ਕਰਨਗੇ ਅਤੇ ਜਿਹੜਾ ਸਾਡਾ ਯੰਗਸਟਰ ਆ, ਸਾਡਾ ਯੂਥ ਆ ਜਿਹੜਾ ਸਾਨੂੰ ਵੇਖੂਗਾ, ਉਹ ਵੀ ਇਹ ਕਹੂਗਾ ਕਿ ਚਲੋ ਇਸ ਫੀਲਡ ਦੇ ਵਿੱਚ ਇਹਨਾਂ ਨੂੰ ਇੰਨਾ ਮਾਣ ਸਤਿਕਾਰ ਮਿਲਣ ਦਿਆ ਆ, ਰਿਸਪੈਕਟ ਵੀ ਆ, ਅਤੇ ਇਹਨਾਂ ਦਾ ਜਿਹੜਾ ਜੋ ਇਹ ਲਾਈਫ ਤੋਂ ਚਾਹੁੰਦੇ ਹੋ ਇਹਨਾਂ ਨੂੰ ਕੁਛ ਸਭ ਕੁਛ ਮਿਲਣ ਦਿਆ, ਅਤੇ ਉਹ ਵੀ ਇਸ ਫੀਲਡ ਨੂੰ ਜ਼ਰੂਰ ਚੂਜ਼ ਕਰਨਗੇ। ਬਾਕੀ ਪੇਰੈਂਟਸ ਨੂੰ ਵੀ ਚਾਹੀਦਾ ਆ ਕਿ ਆਪਣੇ ਬੱਚਿਆਂ ਦੀ ਗੱਲ ਸੁਣਨ, ਉਹਨਾਂ ਦਾ ਜੋ ਉਹ ਚਾਹੁੰਦੇ ਆ ਕਰਨਾ ਉਹਨਾਂ ਨੂੰ ਉਹ ਮਤਲਬ ਉੱਥੇ ਉਹਦੀ ਪੂਰੀ ਇਨਕਰੇਜਮੈਂਟ ਕਰਨ, ਉਹਨਾਂ ਦਾ ਸਾਥ ਦੇਣ, ਉਹਨਾਂ ਨੂੰ ਸਮਝਣ, ਅਤੇ ਬਾਕੀ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਮਾਂ ਪਿਓ ਦੀ ਹਰ ਗੱਲ ਸੁਣਨ, ਸਮਝਣ ਉਹਨਾਂ ਨੂੰ ਅਤੇ ਮੰਨਣ, ਅਤੇ ਫਿਰ ਲਾਈਫ 'ਚ ਕੁਛ ਵੀ ਆਪਾਂ ਅਚੀਵ ਕਰ ਸਕਦੇ ਹਾਂ। ਤੁਸੀਂ ਆਪਣੀ ਟ੍ਰੇਨਿੰਗ ਜਿਹੜੀ ਖੁਦ ਆਪਣੇ ਪਾਪਾ ਕੋਲੋਂ ਲੈ ਰਹੇ ਹੋ, ਤੁਸੀਂ ਕੀ ਸਮਝਦੇ ਹੋ ਕਿ ਕੋਚਿਸ ਦਾ ਕਿੰਨਾ ਕੁ ਅਹਿਮ ਰੋਲ ਹੁੰਦਾ ਹੈ ਅਤੇ ਕਿਵੇਂ ਦੇ ਕੋਚਿਸ ਜਿਹੜੇ ਹੋਣੇ ਚਾਹੀਦੇ ਨੇ ਬੱਚਿਆਂ ਵਾਸਤੇ? ਮੈਂ ਮਤਲਬ ਆਪਣੇ ਫਾਦਰ ਸਾਹਿਬ ਤੋਂ ਜਿੰਨੀ ਟ੍ਰੇਨਿੰਗ ਕਰਦੀ ਹਾਂ, ਉਹ ਜਦੋਂ ਅਸੀਂ ਗਰਾਊਂਡ 'ਚ ਹੁੰਦੇ ਹਾਂ ਤਾਂ ਸਾਨੂੰ ਇੱਕ ਐਥਲੀਟ ਦੇ ਵਾਂਗੂ ਟ੍ਰੀਟ ਕਰਦੇ ਆ, ਅਤੇ ਜਦੋਂ ਅਸੀਂ ਘਰ ਹੁੰਦੇ ਹਾਂ ਤਾਂ ਬੱਚਿਆਂ ਵਾਂਗੂ ਰੱਖਦੇ ਆ। ਬਾਕੀ ਜਿਹੜੇ ਕੋਚਿਸ ਆ ਉਹਨਾਂ ਨੂੰ ਮਤਲਬ ਐਥਲੀਟ ਦੇ ਉੱਤੇ ਪ੍ਰੈਸ਼ਰ ਨਹੀਂ ਕ੍ਰੀਏਟ ਕਰਨਾ ਚਾਹੀਦਾ, ਕਿਉਂਕਿ ਜਦੋਂ ਪ੍ਰੈਸ਼ਰਾਈਜ਼ਡ ਹੋ ਜਾਂਦੇ ਹਾਂ ਤਾਂ ਅਸੀਂ ਕੁਛ ਵੀ ਆਪਣੀ ਕੁਛ ਅਚੀਵ ਨਹੀਂ ਕਰ ਸਕਦੇ, ਅਤੇ ਉਹਨਾਂ ਨੂੰ ਫਰੀ ਮਾਇੰਡ ਉਹਨਾਂ ਦੀ ਮਤਲਬ ਟ੍ਰੇਨਿੰਗ ਜਿਹੜੀ ਆ ਉਹਨਾਂ ਨੂੰ ਟ੍ਰੇਨਿੰਗ ਗਰਾਊਂਡ ਦੇ ਵਿੱਚ ਉਹਨਾਂ ਨੂੰ ਪੂਰੀ ਟ੍ਰੇਨਿੰਗ ਕਰਵਾਉਣ, ਅਤੇ ਬਾਹਰ ਥੋੜ੍ਹਾ ਫਰੀ ਛੱਡਣ ਉਹਨਾਂ ਦਾ ਮੈਂਟਲੀ, ਉਹਨਾਂ ਨੂੰ ਮੋਸਟਲੀ ਮੈਂਟਲੀ ਪ੍ਰਿਪੇਅਰ ਕਰਨ ਫਿਜ਼ੀਕਲੀ, ਅਤੇ ਚਲੋ ਅਸੀਂ ਗਰਾਊਂਡ 'ਚ ਵਰਕਆਊਟ ਕਰਦੇ ਹਾਂ ਪਰ ਮੈਂਟਲੀ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਬਹੁਤ ਜ਼ਰੂਰੀ, ਪੋਜ਼ਿਟਿਵ ਐਟੀਟਿਊਡ ਰੱਖਣਾ, ਮੈਡੀਟੇਸ਼ਨ ਵਗੈਰਾ ਕਰਨਾ, ਬਾਕੀ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ। ਜੂਨੀਅਰ ਜਨਰੇਸ਼ਨ ਜਿਹੜੀ ਹੈ ਉਹਨਾਂ ਨੂੰ ਡਾਇਟ ਸੰਬੰਧੀ ਕੀ ਸੁਝਾਅ ਦੇਣਾ ਚਾਹੋਗੇ, ਕੀ ਕੀ ਡਾਇਟ ਹੋਣੀ ਚਾਹੀਦੀ ਹੈ? ਸਪੋਰਟਸ ਪਰਸਨ ਵਾਸਤੇ ਵੇਖੋ ਬਾਹਰ ਦਾ ਖਾਣਾ ਖੁਣਾ ਥੋੜ੍ਹਾ ਘੱਟ, ਕਿਉਂਕਿ ਅੱਜ ਕੱਲ੍ਹ ਬਾਹਰ ਲੋਕਾਂ ਦਾ ਬਹੁਤ ਰੁਝਾਵ ਆ, ਮਤਲਬ ਜੰਕ ਫੂਡ ਵੱਲ ਜ਼ਿਆਦਾ ਰੁਝਾਵ ਆ, ਅਤੇ ਥੋੜ੍ਹਾ ਘਰ ਦੀ ਡਾਇਟ ਜਿਹੜੀ ਆ ਉਹ ਲੈਣੀ ਚਾਹੀਦੀ ਆ। ਬਾਕੀ ਜਿਹੜੇ ਮਤਲਬ ਬਾਕੀ ਹੋਰ ਵੀ ਗ੍ਰੀਨ ਵੈਜੀਟੇਬਲਸ ਵਗੈਰਾ ਬਹੁਤ ਕੁਛ ਹੁੰਦਾ, ਜਿੱਦਾਂ ਅਸੀਂ ਤਾਂ ਸਾਰਾ ਕੁਛ ਪਲੈਨ ਕਰਕੇ ਉਸ ਹਿਸਾਬ ਨਾਲ ਯੂਜ਼ ਕਰਦੇ ਹਾਂ, ਸੋ ਸਾਰਾ ਕੁਛ ਉੱਦਾਂ ਹੋਵੇ ਤਾਂ ਫਿਰ ਇਹ ਹੈਲਥ ਵੀ ਵਧੀਆ ਰਹਿੰਦੀ ਆ, ਭਾਵੇਂ ਉਹ ਸਪੋਰਟਸ ਕਰੇ ਜਾਂ ਨਾ ਕਰੇ, ਪਰ ਹੈਲਥ ਮੇਨਟੇਨ ਕਰਨੀ ਤਾਂ ਬਹੁਤ ਜ਼ਰੂਰੀ ਆ। ਨਵਜੀਤ ਦੀ ਕੀ ਡਾਇਟ ਰਹੀ ਹੈ? ਮੇਰੀ ਡਾਇਟ ਸਾਡੇ ਫਾਦਰ ਸਾਹਿਬ ਹੀ ਡਿਸਾਈਡ ਕਰਦੇ ਸੀਗੇ, ਅਤੇ ਉਹਨਾਂ ਨੇ ਮਤਲਬ ਅਸੀਂ ਫਿਸ਼ ਵਗੈਰਾ, ਚਿਕਨ ਵਗੈਰਾ ਅਸੀਂ ਜ਼ਿਆਦਾ ਯੂਜ਼ ਕਰਦੇ ਹਾਂ, ਬਾਕੀ ਗ੍ਰੀਨ ਵੈਜੀਟੇਬਲਸ ਸਵੇਰੇ ਮੋਰਨਿੰਗ 'ਚ ਬ੍ਰੇਕਫਾਸਟ ਥੋੜ੍ਹਾ ਸ਼ਡਿਊਲ ਬਣਾ ਕੇ, ਪ੍ਰੋਟੀਨ ਡਾਇਟ ਹੁੰਦੀ ਆ ਮੋਸਟਲੀ ਸਾਡੀ, ਫਾਈਬਰਸ, ਸੋ ਇਹੋ ਚੀਜ਼ਾਂ ਅਸੀਂ ਤਾਂ ਯੂਜ਼ ਕਰਦੇ ਹਾਂ। ਲਾਸਟ ਕੁਐਸਚਨ, ਸਾਡੇ ਸਮਾਜ ਦੇ ਵਿੱਚ ਇੱਕ ਬੜਾ ਵੱਡਾ ਦੁਖਾਂਤ ਹੈ ਕਿ ਲੜਕੀਆਂ ਚਾਹੇ ਜਿੰਨੀ ਮਰਜ਼ੀ ਅਚੀਵਮੈਂਟ ਕਰ ਰਹੀਆਂ ਨੇ ਪਰ ਫਿਰ ਵੀ ਭਰੂਣ ਹੱਤਿਆ, ਦਾਜ ਦਹੇਜ, ਇਸ ਤਰੀਕੇ ਦੀਆਂ ਸਮਾਜਿਕ ਬੁਰਾਈਆਂ ਕਾਫੀ ਇਸ ਵੇਲੇ ਵੀ ਭਾਰੂ ਨੇ। ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਤੇ ਸਰਕਾਰਾਂ ਨੂੰ ਕੀ ਸੁਨੇਹਾ ਕਹਿਣਾ ਚਾਹੋਗੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਲੜਕੀਆਂ ਨੂੰ ਹੋਰ ਵੀ ਬਣਦਾ ਮਾਣ ਸਤਿਕਾਰ ਜਿਹੜਾ ਦਿੱਤਾ ਜਾ ਸਕੇ? ਬਿਲਕੁਲ ਜੀ, ਇਹ ਸਾਡੇ ਸਮਾਜ ਦੀ ਇੱਕ ਬੜੀ ਬਹੁਤ ਪੁਰਾਣੀ ਅਤੇ ਅੱਜ ਵੀ ਉਹ ਪ੍ਰੋਬਲਮ ਚੱਲ ਰਹੀ ਆ ਭਰੂਣ ਹੱਤਿਆ ਵਾਲੀ। ਮੈਨੂੰ ਲੱਗਦਾ ਹੈ ਕਿ ਜੇਕਰ ਕੁੜੀਆਂ ਮੁੰਡਿਆਂ ਨੂੰ ਇੱਕ ਸਮਾਨ ਸਮਝਿਆ ਜਾਊਗਾ, ਅਤੇ ਜੇ ਹਰ ਮਾਂ ਪਿਓ ਇੱਦਾਂ ਸੋਚੂਗਾ ਕਿ ਸਾਡੀ ਕੁੜੀ ਅਤੇ ਮੁੰਡੇ 'ਚ ਕੋਈ ਫਰਕ ਨਹੀਂ ਆ, ਅਤੇ ਬਾਕੀ ਸਰਕਾਰਾਂ ਨੂੰ ਵੀ ਚਾਹੀਦਾ ਆ ਕਿ ਉਹ ਮਤਲਬ ਉਹਨਾਂ ਨੂੰ ਬਰਾਬਰੀ ਦਾ ਹੱਕ ਦੇਣ, ਅਤੇ ਬਾਕੀ ਪੇਰੈਂਟਸ ਦਾ ਬੜਾ ਇਹਦੇ 'ਚ ਰੋਲ ਆ, ਮੁੰਡੇ ਵਾਲੇ ਵੀ ਜੇ ਇਹ ਸਮਝਣ ਕਿ ਇਹ ਸਾਡੀ ਨੂੰਹ ਨਹੀਂ ਆ, ਸਾਡੀ ਧੀ ਆ, ਅਤੇ ਬਾਕੀ ਇਹ ਜੋ ਸਮਾਜ ਦੀਆਂ ਬੁਰਾਈਆਂ ਇਹ ਸਾਰੀਆਂ ਖਤਮ ਕੀਤੀਆਂ ਜਾ ਸਕਦੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਹੜਾ ਅਚੀਵਮੈਂਟ ਜਲਦੀ ਦੇਖਾਂਗੇ ਨਵਜੀਤ ਕੋਲੋਂ? ਫਿਲਹਾਲ ਦੀ ਘੜੀ ਮੈਂ ਇਹ ਕਹਿਣਾ ਚਾਹੂੰਗੀ ਕਿ ਏਸ਼ੀਅਨ ਗੇਮਸ ਦੇ ਵਿੱਚ ਮੈਂ ਅਤੇ ਮੇਰਾ ਬ੍ਰਦਰ ਅਸੀਂ ਹੁਣ ਇਕੱਠੇ ਪ੍ਰਿਪੇਅਰ ਕਰਾਂਗੇ, ਅਗਸਤ ਦੇ ਲਾਸਟ ਵੀਕ ਤੋਂ ਸ਼ੁਰੂ ਨੇ, ਅਤੇ ਮੈਂ ਇਹ ਗੱਲ ਦੀ ਸ਼ਿਓਰਟੀ ਦੇਣੀ ਹੈ ਕਿ ਅਸੀਂ ਦੋਵੇਂ ਜਾਵਾਂਗੇ ਅਤੇ ਦੋਵੇਂ ਮੈਡਲ ਲੈ ਕੇ ਜ਼ਰੂਰ ਆਵਾਂਗੇ। ਥੈਂਕ ਯੂ ਜੀ।
ਸੋ ਇਸੀ ਨਵਜੀਤ ਜਿਹੜੇ ਬ੍ਰੋਂਜ਼ ਮੈਡਲ ਜਿੱਤ ਕੇ ਆਏ ਨੇ, ਅੱਜ ਗੁਰੂ ਨਗਰੀ ਵਿਖੇ ਪਹੁੰਚੇ ਸੀ ਤਾਂ ਭਰਵਾਂ ਸਵਾਗਤ ਜਿਹੜਾ ਸੀ ਲੋਕਾਂ ਵੱਲੋਂ ਕੀਤਾ ਗਿਆ ਸੀ, ਪਰਿਵਾਰਕ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਵੱਲੋਂ ਜਿਹੜਾ ਸੀ ਜ਼ੋਰਦਾਰ ਸਵਾਗਤ ਕੀਤਾ ਗਿਆ ਸੀ, ਪਰ ਪ੍ਰਸ਼ਾਸਨ ਦੇ ਰਵੱਈਏ ਤੋਂ ਕਾਫੀ ਉਹ ਨਾਰਾਜ਼ ਨੇ, ਸਰਕਾਰ ਦੇ ਰਵੱਈਏ ਤੋਂ ਵੀ ਨਾਰਾਜ਼ ਨੇ, ਕਿਉਂਕਿ ਹੋਰਨਾਂ ਸੂਬਿਆਂ ਦੇ ਵਿੱਚ ਜਿਹੜੇ ਖਿਡਾਰੀ ਗਏ ਸੀ ਉਹਨਾਂ ਸਰਕਾਰਾਂ ਨੇ ਉੱਥੋਂ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਕਾਫੀ ਜਿਹੜੇ ਐਲਾਨ ਕੀਤੇ ਸੀ, ਉਹਨਾਂ ਦੀ ਸਹਾਇਤਾ ਕੀਤੀ ਸੀ ਤਾਂ ਜੋ ਉਹਨਾਂ ਨੂੰ ਹੋਰ ਉਤਸ਼ਾਹ ਮਿਲ ਸਕੇ, ਜਨਰੇਸ਼ਨ ਨੂੰ ਵੀ ਉਤਸ਼ਾਹ ਮਿਲ ਸਕੇ, ਪਰ ਪੰਜਾਬ ਸਰਕਾਰ ਨੇ ਅੱਜ ਤੱਕ ਅਜਿਹਾ ਕੋਈ ਵੀ ਐਲਾਨ ਨਹੀਂ ਕੀਤਾ। ਐਲਾਨ ਕਰਨਾ ਤਾਂ ਦੂਰ ਪ੍ਰਸ਼ਾਸਨ ਵੱਲੋਂ ਵੀ ਰਿਸੀਵ ਕਰਨਾ ਜਿਹੜਾ ਸੀ ਨਵਜੀਤ ਕੌਰ ਨੂੰ ਸ਼ਾਇਦ ਉਹ ਸਹੀ ਨਹੀਂ ਸਮਝਿਆ ਗਿਆ, ਜਿਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਰੋਸ ਹੈ। ਸੋ ਮੈਨੂੰ ਜਾਣੀ ਕਿ ਸੁਰਿੰਦਰਪਾਲ ਸਿੰਘ ਵਰਪਾਲ ਨੂੰ ਦਿਓ ਇਜਾਜ਼ਤ, ਧੰਨਵਾਦ।